SYL ਦਾ ਮੁੱਦਾ ਲੰਬੇ ਸਮੇਂ ਤੋਂ ਪੰਜਾਬ ਤੇ ਹਰਿਆਣਾ ਦੀ ਸਿਆਸਤ ਨੂੰ ਗਰਮਾਉਂਦਾ ਰਿਹਾ। ਹੁਣ ਇਸ ਮੁੱਦੇ ਤੇ ਇੱਕ ਵਾਰ ਫਿਰ ਤੋਂ ਦਿੱਲੀ ਦੇ ਵਿੱਚ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੀ ਅਗਵਾਈ ਵਿੱਚ ਦੋਵਾਂ ਸੂਬਿਆਂ ਵਿਚਾਲੇ ਬੈਠਕ ਹੋਈ, ਜਿਸ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲ ਸਕਿਆ। ਬੈਠਕ ਤੋਂ ਬਾਅਦ ਪੰਜਾਬ ਦੇ ਅਗਵਾਈ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ਼ ਆਖ ਦਿੱਤਾ ਹੈ ਕਿ ਸਾਡੇ ਕੋਲ ਕਿਸੇ ਵੀ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ। ਉਹਨਾਂ ਕਿਹਾ ਕਿ ਪੰਜਾਬ ਦੇ 150 ਵਿੱਚੋਂ 117 ਬਲਾਕ ਪਹਿਲਾਂ ਹੀ ਡਾਰਕ ਜ਼ੋਨ ਦੇ ਵਿੱਚ ਜਾ ਚੁੱਕੇ ਨੇ ਤੇ ਪਾਣੀਆਂ ਦਾ ਪੱਧਰ ਦਿਨ ਬਾ ਦਿਨ ਨੀਵਾਂ ਹੁੰਦਾ ਜਾ ਰਿਹਾ। ਅਜਿਹੇ ਦੇ ਵਿੱਚ ਅਸੀਂ ਕਿਸੇ ਸੂਬੇ ਨੂੰ ਪਾਣੀ ਕਿਵੇਂ ਦੇ ਸਕਦੇ ਹਾਂ? ਉਹਨਾਂ ਸਲਾਹ ਦਿੱਤੀ ਹੈ ਕਿ SYL ਦੀ ਥਾਂ YSL ਦਾ ਨਿਰਮਾਣ ਹੋਣਾ ਚਾਹੀਦਾ ਹੈ, ਯਾਨੀ ਯਮੁਨਾ ਦਾ ਪਾਣੀ ਸਤਲੁਜ ਦੇ ਵਿੱਚ ਪਾ ਕੇ ਉਹ ਹਰਿਆਣਾ ਨੂੰ ਦੇ ਦੇਣਾ ਚਾਹੀਦਾ। ਉਧਰ ਹਰਿਆਣਾ ਦੇ ਮੁੱਖ ਮੰਤਰੀ ਨੇ ਆਖਿਆ ਕਿ ਰਵੱਈਆ ਪੰਜਾਬ ਦਾ ਢੁਕਵਾਂ ਨਹੀਂ ਰਿਹਾ। ਉਹਨਾਂ ਕਿਹਾ ਕਿ ਪੰਜਾਬ SYL ਦੀ ਖੁਦਾਈ ਲਈ ਤਿਆਰ ਨਹੀਂ ਹੈ। ਖੱਟਰ ਨੇ ਆਖਿਆ ਕਿ ਅਸੀਂ ਸੁਪਰੀਮ ਕੋਰਟ ਨੂੰ ਪੰਜਾਬ ਦੇ ਜਵਾਬ ਪ੍ਰਤੀ ਜਾਣੂ ਕਰਵਾ ਦਿਆਂਗੇ, ਬਾਕੀ ਫੈਸਲਾ ਉਹਨਾਂ ਨੇ ਕਰਨਾ। ਸਾਡੇ ਕੋਲ ਪਾਣੀ ਹੈ ਨਹੀਂ, ਅਸੀਂ ਸਤਾਰਾਂ ਪੁਆਇੰਟ ਸਤਾਰਾਂ ਮਿਲੀਅਨ ਏਕੜ ਫੀਟ 1921 ਤੋਂ 1960 ਦੀ ਫਲੋ ਸੀਰੀਜ਼ ਦੇ ਵਿੱਚ ਪੰਜਾਬ ਕੋਲ ਸੀ 17.17 ਮਿਲੀਅਨ ਏਕੜ ਫੀਟ, ਜਿਹੜਾ ਕਿ ਘੱਟ ਕੇ 1981 ਤੋਂ 2021 2021 ਦੀ ਫਲੋ ਸੀਰੀਜ਼ ਦੇ ਮੁਤਾਬਕ ਉਹ 13.25 ਰਹਿ ਗਿਆ, ਹੁਣ ਹੋਰ ਵੀ ਘੱਟ ਗਿਆ। ਤਾਂ ਜਿਹੜੀ ਟ੍ਰਿਬਿਊਨਲ ਹੈ ਉਹ 33 ਸਾਲ ਤੋਂ ਵੱਧ ਪੁਰਾਣੀ ਹੋ ਗਈ, ਜਦਕਿ ਇੰਟਰਨੈਸ਼ਨਲ ਲਾਅ ਕਹਿੰਦੇ ਨੇ 25 ਸਾਲ ਬਾਅਦ ਰਿਵਿਊ ਕਰਨਾ ਚਾਹੀਦਾ, ਟ੍ਰਿਬਿਊਨਲ ਨੂੰ ਦੁਬਾਰਾ ਬਣਾਉਣਾ ਚਾਹੀਦਾ, ਪਾਣੀ ਦੇਖਣਾ ਚਾਹੀਦਾ ਕਿੰਨਾ ਘੱਟ ਗਿਆ ਕਿੰਨਾ ਵੱਧ ਗਿਆ, ਉਹ ਨਹੀਂ ਹੋਇਆ। ਸੋ ਅਸੀਂ 12.24 ਪੰਜਾਬ ਜਿਹੜਾ ਸਤਲੁਜ ਚੋਂ 8.02 ਮਿਲੀਅਨ ਏਕੜ ਫੀਟ ਪੰਜਾਬ ਨੂੰ ਮਿਲ ਰਿਹਾ, 4.33 ਹਰਿਆਣਾ ਨੂੰ ਮਿਲ ਰਿਹਾ, ਯਮੁਨਾ ਚੋਂ 0 ਹਰਿਆਣਾ ਨੂੰ ਪੰਜਾਬ ਨੂੰ ਮਿਲ ਰਿਹਾ, 0 4.65 ਹਰਿਆਣਾ ਨੂੰ ਮਿਲ ਰਿਹਾ, ਸ਼ਾਰਦਾ 0 ਪੰਜਾਬ ਨੂੰ, 1.62 ਹਰਿਆਣਾ, ਟੋਟਲ 12.24 ਸਾਡੇ ਕੋਲ, 12.12 ਉਹਨਾਂ ਕੋਲ, ਅਤੇ ਸਾਡੇ ਪੰਜਾਬ ਦੇ 150 ਦੇ ਵਿੱਚੋਂ 117 ਬਲਾਕ ਮੀਨਸ 78% ਬਲਾਕ ਜਿਹੜੇ ਪੰਜਾਬ ਦੇ ਨੇ ਉਹ ਡਾਰਕ ਜ਼ੋਨ 'ਚ ਚਲੇ ਗਏ। ਸਾਡਾ ਤਾਂ ਧਰਤੀ ਦਾ ਵੀ ਨਹੀਂ ਪਾਣੀ ਬਚਿਆ, ਸਾਡਾ ਕਨਾਲ ਸਿਸਟਮ ਨਹਿਰੀ ਸਿਸਟਮ ਆਜ਼ਾਦੀ ਤੋਂ ਪਹਿਲਾਂ ਦਾ, ਸਾਡੀਆਂ ਨਹਿਰਾਂ ਦਾ ਸਿਸਟਮ ਦੇ ਵਾਸਤੇ 1 ਰੁਪਈਆ ਨਹੀਂ ਦਿੱਤਾ ਸੈਂਟਰ ਨੇ, ਪਾਣੀ ਮੰਗੀ ਜਾਂਦੇ ਆ ਕਿਵੇਂ ਦੇ ਦਈਏ, ਸਾਡੇ ਨਹਿਰਾਂ ਦਾ ਸਿਸਟਮ, ਸਾਡੀਆਂ ਕੱਸੀਆਂ, ਸਾਡੇ ਸੂਏ ਸਾਰੇ ਬੰਦ ਪਏ ਨੇ, ਸਾਨੂੰ ਕੋਈ ਫੰਡ ਦਿਓ, ਅਸੀਂ ਆਪਣੇ ਨਹਿਰਾਂ ਕੱਸੀਆਂ ਸੂਏ ਚਲਾਈਏ। ਅਸੀਂ ਦੇਸ਼ ਨੂੰ ਚੌਲ ਨਹੀਂ, ਅਸੀਂ ਪਾਣੀ ਐਕਸਪੋਰਟ ਕਰ ਰਹੇ ਹਾਂ, ਆਪਣਾ ਪਾਣੀ ਦਿੱਤਾ ਅਸੀਂ, ਅਤੇ ਹੁਣ ਜਦੋਂ ਚੌਲ ਇੱਧਰੋਂ ਉੱਧਰੋਂ ਪੈਦਾ ਹੋਣ ਲੱਗੇ, ਹੁਣ FCI ਕਹਿੰਦੀ ਤੁਸੀਂ ਹੋਰ ਕੁਛ ਬੀਜਿਆ ਕਰੋ। ਇੱਕ ਗੱਲ ਮੈਂ ਅੱਜ ਕਹੀ, ਕਹਿੰਦੇ ਵੀ ਅਲਟਰਨੇਟਿਵ ਕੀ ਹੈ, ਮੈਂ ਕਿਹਾ ਵੀ ਅਲਟਰਨੇਟਿਵ ਦੇ ਨਾਂ ਦੇ ਵਿੱਚ ਹੀ ਹੈ, SYL ਦੀ ਬਜਾਏ YSL ਕਰ ਦਿਓ, ਸਤਲੁਜ ਯਮੁਨਾ ਲਿੰਕ ਦੀ ਬਜਾਏ ਯਮੁਨਾ ਸਤਲੁਜ ਲਿੰਕ ਕਰ ਲਓ, ਯਮੁਨਾ 'ਚੋਂ ਸਤਲੁਜ ਨੂੰ ਪਾਣੀ ਦੇ ਦਿਓ, ਵਿੱਚ ਹਰਿਆਣਾ ਆਊਗਾ ਉਹਨੂੰ ਦੇ ਦਿਓ, ਪਰ ਸਾਡੇ ਸਤਲੁਜ ਨੂੰ ਤਾਂ ਬਚਾਓ। ਸਤਲੁਜ ਤਾਂ ਇੱਕ ਸੂਆ ਬਣ ਕੇ ਰਹਿ ਗਿਆ, ਸਤਲੁਜ ਤਾਂ ਇੱਕ ਨਹਿਰ ਵੀ, ਮਤਲਬ ਨਹਿਰ ਜੋਗਾ ਪਾਣੀ ਵੀ ਸਤਲੁਜ ਕੋਲ ਹੈ ਨਹੀਂ। ਸੋ SYL ਦੀ ਬਜਾਏ YSL ਬਣਾਓ, ਉਹ ਗੰਗਾ ਯਮੁਨਾ ਜਿਹੜੀ ਉਹ ਬੰਗਲਾਦੇਸ਼ ਤੱਕ ਡੋਬ ਦਿੰਦੀ ਹੈ ਸਾਰੇ ਅੱਧੇ ਮੁਲਕ ਨੂੰ, ਬਿਹਾਰ ਬੰਗਾਲ, ਉਹਦੀ ਬਜਾਏ ਉਹ ਪਾਣੀ ਵਾਇਆ ਹਰਿਆਣਾ ਸਤਲੁਜ ਨੂੰ ਦੇ ਦਿਓ, SYL ਦੀ ਬਜਾਏ YSL ਬਣਾ ਲਓ, ਸਾਨੂੰ ਕੋਈ ਇਹਦੇ 'ਚ ਪ੍ਰੋਬਲਮ ਨਹੀਂ। ਯਮੁਨਾ 'ਚੋਂ ਪਾਣੀ ਸਤਲੁਜ ਨੂੰ ਦਿਓ, ਜਾਂਦੇ ਜਾਂਦੇ ਰਸਤੇ ਦੇ ਵਿੱਚ ਉਹ ਹਰਿਆਣੇ ਨੂੰ ਦੇ ਦੇਣ, ਸਾਨੂੰ ਕੋਈ ਦਿੱਕਤ ਨਹੀਂ, ਪਰ ਸਾਡੇ ਕੋਲ ਕੋਈ ਪਾਣੀ ਨਹੀਂ ਕਿ ਅਸੀਂ ਹਰਿਆਣਾ ਨੂੰ ਦੇ ਦਈਏ, ਬਾਕੀ ਸੁਪਰੀਮ ਕੋਰਟ ਦੇ ਵਿੱਚ ਕੇਸ ਹੈ, ਅਸੀਂ ਆਪਣਾ ਪੱਖ ਰੱਖਤਾ। ਸੁਪਰੀਮ ਕੋਰਟ ਨੇ ਜੋ ਡਿਗਰੀ ਦੀ ਹੈ, ਉਹ ਡਿਗਰੀ ਇਹ ਦੀ ਹੈ ਕਿ SYL ਕਾ ਨਿਰਮਾਣ ਹੋਣਾ ਚਾਹੀਏ, ਉਸ ਨਿਰਮਾਣ ਕੇ ਲੀਏ ਕੋਈ ਐਮੀਕੇਬਲ ਸਲੂਸ਼ਨ ਨਿਕਾਲੇ, ਕੈਸੇ ਬਣਾਇਆ ਜਾ ਸਕਤਾ ਹੈ। ਲੇਕਿਨ ਹਮਾਰੇ ਕਾਊਂਟਰ ਪਾਰਟ ਪੰਜਾਬ ਕੇ ਚੀਫ ਮਿਨਿਸਟਰ, ਉਨਕੇ ਜੋ ਸਾਰੇ ਅਧਿਕਾਰੀਓਂ ਕੀ ਟੀਮ, ਉਹ ਇਸ ਵਿਸ਼ੇ ਕੋ ਅਭੀ ਇਸ ਏਜੰਡੇ ਪਰ ਹੀ ਲਾਣੇ ਕੇ ਲੀਏ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਹਮਾਰੇ ਪਾਸ ਪਾਣੀ ਨਹੀਂ ਹੈ, ਪਾਣੀ ਕੇ ਬਟਵਾਰੇ ਪਰ ਬਾਤ ਕਰੇ, ਜਬਕਿ ਪਾਣੀ ਕਾ ਬਟਵਾਰਾ ਇੱਕ ਅਲੱਗ ਸੇ ਟ੍ਰਿਬਿਊਨਲ ਜੋ ਬਣਾ ਹੁਆ ਹੈ, ਇਹ ਕਾਮ ਉਸ ਟ੍ਰਿਬਿਊਨਲ ਕਾ ਹੈ।
वो पानी का बंटवारा जैसा भी ट्रिब्यूनल की सिफारिश होगी हम उस हिसाब से बांट लेंगे, लेकिन पहला विषय है कि एसओएल बननी चाहिए, तो एसओएल बननी चाहिए। इस विषय पर उन्होंने यहाँ तक कह दिया कि हमने तो जो एक्ट बनाया था 2004 में, जिसको वास्तव में सुप्रीम कोर्ट भी उसको निरस्त कर चुका है राष्ट्रपति जी के राय के हिसाब से, लेकिन इसको भी वो मानने के लिए तैयार नहीं है। उन्होंने यहाँ तक कहा है कि हम सुप्रीम कोर्ट के उस वर्डिक्ट को भी मानते नहीं हैं, और ये जो हमारा एक्ट है 2004 का वो अभी एग्जिस्ट करता है, ये एक सीमा को तोड़ करके कही गई बात है, ये भी उचित नहीं है। सुप्रीम कोर्ट को हम अवगत कराएंगे कि इस विषय को इस सीमा तक वो सोचते हैं, जो बिल्कुल असंवैधानिक है, गलत है। हमारी अभी भी वही बात है कि एसओएल नहर बननी चाहिए। सुप्रीम कोर्ट के सामने हमारी ओर से यही बताया जाएगा कि पंजाब उसके लिए तैयार नहीं है, और पंजाब नहीं है तो अल्टीमेटली सुप्रीम कोर्ट उसमें जो निर्णय देंगे वो हमको स्वीकार। हुण जानदे हां कि एसवाईएल नहर का पिछोकड़ की है। दरअसल 1955 दे विच रावी अते ब्यास नदी दे विच 15.85 एमएफ पानी सी। केंद्र ने रावी का पानी तीन सूबयां दे विच वंडिया। महापंजाब दे हिस्से 7.20 एमएफ पानी आया, राजस्थान दे हिस्से 8 एमएफ पानी आया, जबकि जम्मू कश्मीर नूं 0.65 एमएफ पानी दिता गया। 1966 दे विच पंजाब दी भाषा दे आधार ते वंड होई ते हरियाणा वखरा सूबा बन गया। हरियाणा ने पंजाब हिस्से आए 7.20 विचों 4.8 एमएफ पानी की मांग की। पंजाब ने हिस्से आए पानी हरियाणा नूं देने तो इनकार कर दिता। उस समय देश के दे प्रधानमंत्री इंदिरा गांधी सी जिन्हां दे वल्लों पंजाब हरियाणा ते दिल्ली नूं पानी की वंड दिती गई। पंजाब ते हरियाणा नूं 3.5 एमएफ ते दिल्ली नूं 0.2 एमएफ पानी मिलिया। अप्रैल 1982 नूं इंदिरा गांधी ने पटियाला दे कपूरी पिंड दे विच नहर दा नींह पत्थर रख्या, जिस तो बाद श्रोमणी अकाली दल ने कपूरी पिंड दे विच धर्मयुद्ध मोर्चा खोल दिता। इस तो बाद जदों नहर दा निर्माण नहीं रुकिया तां खाड़कुआं वल्लों नहर दा निर्माण रोकण दे लई अफसरां दा कतल कर दिता गया। आखिर 1990 दे विच पंजाब विच नहर दा निर्माण बंद हो गया ते 1996 दे विच इह मामला एक बार फिर तो हरियाणा दे वल्लों अदालत दे विच लियांदा गया। उस समय तो ही इह मसला लगातार अदालत दे विच लटकिया होया और इहदे ते हाले तक किसी तरह की सहमति नहीं बन सकी है, पर सियासत इस मसले दे उत्ते हर वार गरमाउंदी रही है।